ਉਹ ਯਾਰ ਕੁਛ ਕਰਕੇ ਤੇ ਜਾਈਏ, ਕੱਟਣ ਥੋੜਾ ਆਏ ਆ, ਜ਼ਿੰਦਗੀ ਜੀਣ ਆਏ ਆ, ਪਰ ਕੀ ਆਪਣੇ ਕੋਲ ਕੋਈ ਮੌਕਾ ਹੈਗਾ ਇਹ ਜ਼ਿੰਦਗੀ ਨੂੰ ਬਦਲਣ ਵਾਸਤੇ? ਵੀ ਮੌਕਾ ਹੈਗਾ ਕਿ ਆਪਾਂ ਵੀ ਅਮੀਰ ਹੋ ਜਾਈਏ? ਜਿਹਦੇ ਕੋਲ ਤੇ ਮੌਕਾ ਹੈਗਾ, ਜਿਹੜਾ ਕਹਿੰਦਾ ਵੀ ਠੀਕ ਆ ਜੀ ਮੈਂ ਤੇ ਕਰੋੜਾਂ ਰੁਪਏ ਕਮਾਉਣੇ ਆ, ਮੇਰੇ ਕੋਲ ਫਲਾਣਾ ਮੌਕਾ ਹੈਗਾ, ਉਹ ਇੱਥੇ ਭਾਵੇਂ ਨਾ ਬੈਠੇ। ਪਰ ਜਿਹਦਾ ਕਹਿੰਦਾ ਕਿ ਮੇਰੇ ਕੋਲ ਕੋਈ ਮੌਕਾ ਨਹੀਂ ਹੈਗਾ, ਮੈਂ ਕਰਨਾ ਚਾਹੁੰਦਾ ਵਾ ਜ਼ਿੰਦਗੀ 'ਚ ਕੁਛ ਪਰ ਮੇਰੇ ਕੋਲ ਮੌਕਾ ਨਹੀਂ ਹੈਗਾ, ਡਰੀਮ ਫ੍ਰੀਡਮ ਨੂੰ ਮੌਕਾ ਦਿੰਦੀ ਹੈ। ਬਿਨਾਂ ਪੈਸੇ ਲਾਇਆ ਤੁਸੀਂ ਕਰੋੜਪਤੀ ਬਣ ਸਕਦੇ ਹੋ? ਕਰਨਾ ਕੀ ਪਏਗਾ? ਸਿੰਪਲ ਜਿਹਾ ਕੰਮ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ। ਜਿਵੇਂ ਜਿਵੇਂ ਤੁਹਾਨੂੰ ਕਹਾਂਗੇ ਨਾ ਉਵੇਂ ਉਵੇਂ ਚੇਂਜ ਹੋ ਜਾਓ। ਆਹ ਛੈਣੀਆਂ ਥੋੜ੍ਹੀ ਮੈਂ ਚਲਾਉਣ ਡਿਆ ਵਾਂ, ਕਈਆਂ ਨੂੰ ਗੁੱਸਾ ਵੀ ਲੱਗ ਰਿਹਾ ਹੋਏਗਾ, ਉਹ ਨਹੀਂ ਕਿਹੋ ਜਿਹੀਆਂ ਗੱਲਾਂ ਕਰਦਾ ਪਿਆ, ਜਿਹੜੇ ਬਦਲਣ ਨੂੰ ਨਹੀਂ ਤਿਆਰ ਉਹਨੂੰ ਗੁੱਸਾ ਵੀ ਲੱਗਦਾ ਮੇਰੀਆਂ ਗੱਲਾਂ ਦਾ। ਪਰ ਮੈਂ ਚਾਹੁੰਦਾ ਵਾਂ ਕਿ ਤੁਸੀਂ ਬਦਲੋ। ਮੈਂ ਵੀ ਇਹੋ ਜਿਹਾ ਨਹੀਂ ਸੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ, ਅੱਜ ਤੋਂ 18 ਸਾਲ ਪਹਿਲਾਂ। ਕਮੀਜ਼ ਪਜਾਮਾ ਜਾਮਾ ਪਾਇਆ ਹੁੰਦਾ ਸੀ, ਇੱਕ ਮੁੱਛ ਮੇਰੀ ਥਾਂ ਹੁੰਦੀ ਸੀ, ਇੱਕ ਥਾਂ ਹੁੰਦੀ ਸੀ, ਹੈਂ ਪਰਸਨੈਲਿਟੀ ਮੇਰੀ ਕੋਈ ਨਹੀਂ ਸੀ ਹੁੰਦੀ, ਦਾੜੀ ਵੀ ਮੇਰੀ ਖੁੱਲ੍ਹੀ ਹੁੰਦੀ ਸੀ, ਮਤਲਬ ਐਮ ਓਰਡਨਰੀ ਜਿਹਾ ਮੈਂ ਹੁੰਦਾ ਸੀ। ਲੇਕਿਨ ਜਦੋਂ ਮੈਂ ਇਸ ਕੰਮ ਦੇ ਵਿੱਚ ਆਇਆ, ਮੈਂ ਆਪਣੀ ਸਾਰੀ ਲੁੱਕ ਚੇਂਜ ਕਰ ਦਿੱਤੀ। ਸਟੇਜ 'ਤੇ ਮੈਂ ਕਦੀ ਬੋਲਿਆ ਹੀ ਨਹੀਂ ਸੀ, ਅੱਜ ਬੋਲ ਰਿਹਾ ਤੁਹਾਡੇ ਸਾਹਮਣੇ, ਸਾਰਾ ਕੁਝ ਚੇਂਜ ਕਰ ਦਿੱਤਾ। ਮੈਂ ਬਦਲਦਾ ਗਿਆ, ਜਿਵੇਂ ਜਿਵੇਂ ਮੈਨੂੰ ਬਦਲਣਾ ਚਾਹਿਆ ਮੈਂ ਬਦਲਦਾ ਗਿਆ, ਮੈਂ ਬਦਲਦਾ ਗਿਆ, ਅੱਜ ਤੁਹਾਡੇ ਸਾਹਮਣੇ ਮੈਂ ਖਲੋਤਾ, ਤੁਸੀਂ ਵੀ ਬਦਲ ਸਕਦੇ ਹੋ। ਹਰ ਬੰਦਾ ਕਰੋੜਪਤੀ ਹੋ ਸਕਦਾ, ਜ਼ਰੂਰੀ ਨਹੀਂ ਕਿ ਆਪਾਂ ਕਰਜ਼ਿਆਂ 'ਚ ਜੰਮੇ ਹਾਂ ਕਰਜ਼ਿਆਂ 'ਚ ਮਰਨਾ। ਬਿਲ ਗੇਟ ਕਹਿੰਦਾ ਨਾ, ਜੰਮੇ ਗਰੀਬ ਹਾਂ ਮਰਾਂਗੇ ਕਰੋੜਪਤੀ ਹੋ ਕੇ, ਜੰਮੇ ਗਰੀਬ ਹਾਂ ਮਰਾਂਗੇ ਕਰੋੜਪਤੀ ਹੋ ਕੇ। ਇਨਸਾਨ ਉਹੀ ਹੈ ਜਿਹੜਾ ਆਪਣਾ ਟਾਰਗੇਟ ਰੱਖਦਾ, ਕੁਛ ਕਰਕੇ ਜਾਵਾਂਗਾ। ਇਹ ਨਹੀਂ ਕਿ ਜਿਵੇਂ ਰੋਂਦਾ ਰੋਂਦਾ ਮੈਂ ਆਇਆ ਵਾਂ ਅਤੇ ਰੋਂਦਾ ਰੋਂਦਾ ਹੀ ਇੱਕ ਦਿਨ ਚਲਾ ਜਾਂਦਾ, ਉਹ ਨਹੀਂ। ਉਹ ਤੂੰ ਰੋਂਦਾ ਰੋਂਦਾ ਆਇਆ, ਪਰ ਜਦੋਂ ਤੂੰ ਜਾਵੇਂ ਨਾ ਦੁਨੀਆਂ ਰੋ ਰਹੀ ਹੋਵੇ, ਦੁਨੀਆਂ ਰੋ ਰਹੀ ਹੋਵੇ ਵੀ ਇੱਕ ਇਨਸਾਨ ਆਇਆ ਸੀ, ਉਹ ਦੁਨੀਆਂ ਵਾਸਤੇ ਕੁਛ ਕਰਕੇ ਗਿਆ, ਲੋਕਾਂ ਦੀਆਂ ਅੱਖਾਂ 'ਚ ਅੱਥਰੂ ਹੋਣ, ਤੇਰੀਆਂ ਅੱਖਾਂ 'ਚ ਅੱਥਰੂ ਨਾ ਹੋਣ, ਤੇਰੇ ਚਿਹਰੇ 'ਤੇ ਸਮਾਈਲ ਹੋਵੇ, ਮੈਂ ਜੋ ਕੁਛ ਕਰਨਾ ਸੀ ਮੈਂ ਕਰ ਚੱਲਿਆ ਜ਼ਿੰਦਗੀ ਦੇ ਵਿੱਚ। ਪਰ ਜਦੋਂ ਕਰਜ਼ੇ ਚੜ੍ਹੇ ਹੁੰਦੇ ਨੇ ਬੁਰਾ ਹਾਲ ਹੁੰਦਾ, ਆਇਆ ਵੀ ਰੋਂਦਾ ਰੋਂਦਾ, ਮਰਿਆ ਵੀ ਰੋਂਦਾ ਰੋਂਦਾ, ਇਹਦਾ ਮਤਲਬ ਹੈ ਕਿ ਇਹਨੇ ਆਪਣੀ ਜ਼ਿੰਦਗੀ 'ਚ ਕੱਖ ਨਹੀਂ ਕੀਤਾ, ਬੇਕਾਰ ਜ਼ਿੰਦਗੀ ਜੀ ਕੇ ਤੇ ਚਲਾ ਗਿਆ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਕੁਛ ਕਰਨਾ ਤੇ ਵਜ੍ਹਾ ਲਵੋ, ਜੇ ਵਜ੍ਹਾ ਹੋਏਗੀ ਨਾ ਫਿਰ ਹੱਥਾਂ ਦੀ ਨੀਂਦਰ ਉੱਡ ਜਾਂਦੀ ਹੈ, ਨੀਂਦਰ ਉੱਡ ਜਾਂਦੀ ਹੈ। ਲੋਕੀ ਕਹਿੰਦੇ ਨਾ ਸਵੇਰੇ ਜਾਗ ਨਹੀਂ ਆਉਂਦੀ, ਅਸੀਂ ਡੀਕ ਰਹੇ ਹੁੰਦੇ ਹਾਂ ਵੀ ਕਿਹੜੇ ਵੇਲੇ ਦਿਨ ਚੜ੍ਹੇ ਤੇ ਯਾਰ ਨਿਕਲੀਏ ਕਿਸੇ ਪਾਸੇ, ਕਿਹੜੇ ਵੇਲੇ ਚਾਨਣ ਹੋਵੇ ਤੇ ਯਾਰ ਆਪਣਾ ਕੰਮ ਸ਼ੁਰੂ ਕਰੀਏ, ਅਸੀਂ ਡੀਕ ਰਹੇ ਹੁੰਦੇ ਹਾਂ। ਤੁਹਾਡੇ ਨਾਲ ਵੀ ਐਵੇਂ ਹੀ ਹੋਏਗਾ, ਤੁਸੀਂ ਵੀ ਡੀਕ ਰਹੇ ਹੋਵੋਗੇ ਕਿ ਦਿਲ ਚੜ੍ਹੇ ਬਸ ਮੈਂ ਨਿਕਲਾਂ, ਘਰ ਜਾਣ ਤੇ ਦਿਲ ਨਹੀਂ ਕਰੇਗਾ ਵੀ ਵੱਧ ਤੋਂ ਵੱਧ ਕੰਮ ਕਰ ਲਈਏ। ਯਾਰ ਸੋਣਾ ਤੇ ਇੱਕ ਦਿਨ ਹੈ ਹੀ ਆ, ਇੱਕ ਦਿਨ ਤੇ ਪਏ ਹੋਵਾਂਗੇ ਆਰਾਮ ਦੇ ਨਾਲ, ਉਹ ਜਿੰਦਰ ਸਵਾਸ ਚੱਲਦੇ ਆ, ਕੁਛ ਕਰਦੇ ਰਹੀਏ।